ਹਾਦਸਾ ਭਾਣਾ ਤਾਂ ਵੈਰੀ ਦੁਸ਼ਮਣ ਨਾਲ ਵੀ ਨਾ ਵਾਪਰੇ। ਬੜੀ ਹੀ ਚਿੰਤਾਜਨਕ ਤੇ ਮੰਦਭਾਗੀ ਘਟਨਾ ਵਾਪਰੀ ਹੈ, ਪਰ ਘਟਨਾ ਦੇ ਕਾਰਨ ਬਹੁਤ ਡੂੰਘੇ ਨੇ ਤੇ ਸਮਝਣੇ ਬਹੁਤ ਜ਼ਰੂਰੀ ਨੇ। ਪਹਿਲਾਂ ਘਟਨਾ ਸੁਣ ਲਓ, ਜਲਾਲਾਬਾਦ ਦੇ ਪਿੰਡ ਸਵਾਹ ਵਾਲਾ ਦੀ ਘਟਨਾ ਹੈ। ਘਟਨਾ ਹੈ ਕਿ ਵਿਆਹ ਚੱਲ ਰਿਹਾ ਸੀ, ਲਾੜਾ ਤੇ ਲਾੜੀ ਤੇ ਸਾਰੇ ਜੀ ਬੜੇ ਖੁਸ਼ ਸੀ, ਚਾਵਾਂ 'ਚ ਸੀ। ਅਚਾਨਕ ਜਦੋਂ ਜੈ ਮਾਲਾ ਪਾਉਣ ਦੇ ਲਈ ਕੁੜੀ ਨੂੰ ਲੈ ਕੇ ਆਉਂਦਾ ਤਾਂ ਉੱਥੇ ਕੁੜੀ ਦੀ ਤਬੀਅਤ ਵਿਗੜਦੀ ਹੈ ਤੇ ਅਚਾਨਕ ਉਹ ਸੋਫੇ ਤੇ ਬੈਠਦੀ ਹੈ ਤੇ ਸੋਫੇ ਤੇ ਬੈਠ ਕੇ ਉਸ ਦੀ ਜਾਨ ਨਿਕਲ ਜਾਂਦੀ ਹੈ, ਉਸ ਦੇ ਪ੍ਰਾਣ ਨਿਕਲ ਜਾਂਦੇ ਨੇ। ਲਾੜਾ ਵੀ ਉੱਥੇ ਮੌਕੇ ਦੇ ਉੱਪਰ ਬੇਹੋਸ਼ੀ ਵਰਗੀ ਹਾਲਤ ਚਲਾ ਜਾਂਦਾ ਹੈ। ਔਰ ਅੱਜ ਦੀ ਇਹ ਘਟਨਾ ਹੈ, ਔਰ ਅੱਜ ਦੀ ਇਸ ਘਟਨਾ ਨੇ ਜਿੱਥੇ ਉਸ ਪਿੰਡ ਦੇ ਵਿੱਚ ਉਸ ਇਲਾਕੇ ਦੇ ਵਿੱਚ ਸੋਗ ਫੈਲਾਇਆ, ਉੱਥੇ ਸੋਚਣ ਲਈ ਮਜਬੂਰ ਕੀਤਾ ਹੈ ਸਾਡੇ ਵਰਗੇ ਸਾਰੇ ਲੋਕਾਂ ਨੂੰ। ਦੁੱਖ ਵਿਅਕਤ ਕਰਦੇ ਹਾਂ ਘਟਨਾ 'ਤੇ, ਪਰ ਅਜਿਹੀਆਂ ਘਟਨਾਵਾਂ ਬਹੁਤ ਵੱਡੇ ਪੱਧਰ 'ਤੇ ਵੱਧ ਰਹੀਆਂ ਨੇ। ਪੰਜਾਬ ਦੇ ਅੰਦਰ ਨੌਜਵਾਨਾਂ ਨੂੰ ਜਵਾਨੀ ਦੀ ਉਮਰ ਦੇ ਵਿੱਚ ਆਹ ਸਾਰਾ ਕੁਛ ਜੋ ਹੋ ਰਿਹਾ ਹੈ, ਜਿੱਦਾਂ ਇਹ ਨੀਲਮ ਰਾਣੀ ਭੈਣ ਦਾ ਨਾਂ ਸੀਗਾ, ਬੜੇ ਚਾਵਾਂ ਦੇ ਨਾਲ ਆਪਣੇ ਇਹ ਵਿਆਹ ਦੇ ਵਿੱਚ ਸੀਗੀ, ਮਹਿੰਦੀ ਲੱਗੀ ਹੋਈ ਸੀ, ਸ਼ਗਨਾਂ ਦਾ ਚੂੜਾ ਪਾਇਆ ਸੀ, ਸ਼ਗਨਾਂ ਦਾ ਜੋੜਾ ਪਾਇਆ ਸੀ ਲਾਲ। ਔਰ ਜਿਵੇਂ ਹਰ ਇੱਕ ਨੂੰ ਵਿਆਹ ਦਾ ਚਾਅ ਹੁੰਦਾ, ਉਸੇ ਤਰ੍ਹਾਂ ਇਹ ਭੈਣ ਵੀ ਆਪਣੇ ਵਿਆਹ ਦੇ ਚਾਅ ਦੇ ਵਿੱਚ ਖੀਵੀ ਸੀ। ਪਰ ਆ ਜਿਸ ਤਰ੍ਹਾਂ ਇਹਦੇ ਨਾਲ ਘਟਨਾ ਵਾਪਰੀ ਹੈ ਕਿ ਅਚਾਨਕ ਉਸ ਨੂੰ ਕੁਝ ਹੁੰਦਾ ਤੇ ਮੌਕੇ ਦੇ ਉੱਪਰ ਹੀ ਉਸਦੀ ਜਾਨ ਨਿਕਲ ਜਾਂਦੀ ਹੈ, ਇਹ ਕੋਈ ਆਮ ਛੋਟੀ ਗੱਲ ਨਹੀਂ ਹੈ। ਇਹ ਪੂਰੇ ਪੰਜਾਬ ਤੇ ਪੰਜਾਬੀਆਂ ਵਾਸਤੇ ਸੋਚਣ ਵਾਲਾ ਮਾਮਲਾ ਹੈ। ਸੋਚਣ ਵਾਲਾ ਕਿਉਂ ਹੈ? ਕਿਉਂਕਿ ਵੱਡੇ ਪੱਧਰ ਤੇ ਸਾਡੇ ਸਮਾਜ ਦੇ ਵਿੱਚ ਨੌਜਵਾਨਾਂ ਨੂੰ ਹਾਰਟ ਅਟੈਕ ਤੇ ਹੋਰ ਸਮੱਸਿਆਵਾਂ ਆ ਰਹੀਆਂ ਨੇ ਤੇ ਜਵਾਨੀ ਦੇ ਵਿੱਚ ਹੀ ਬਿਨਾਂ ਕਿਸੇ ਗੰਭੀਰ ਬਿਮਾਰੀ ਤੋਂ ਜਿਹੜੇ ਨੌਜਵਾਨ ਨੇ ਉਹ ਧਰਤੀ ਤੋਂ ਜਾਣ ਲੱਗੇ ਨੇ। ਪਹਿਲਾਂ ਜਿਹੜੀਆਂ ਬਿਮਾਰੀਆਂ ਬਜ਼ੁਰਗਾਂ ਤੇ ਬੁੱਢਿਆਂ ਨੂੰ ਲੱਗਦੀਆਂ ਸੀ, ਉਹੀ ਭਾਣੇ ਹੁਣ ਜਵਾਨੀ 'ਚ ਵਾਪਰ ਲੱਗੇ ਨੇ। ਇਹਦੀ ਜੜ੍ਹ ਤੱਕ ਸੋਚਣਾ ਜ਼ਰੂਰੀ ਹੈ, ਜਿਹਦੇ 'ਤੇ ਮੈਂ ਗੱਲ ਕਰਨ ਲੱਗਿਆ। ਜੜ੍ਹ ਇਹਦੀ ਕੀ ਹੈ? ਜੜ੍ਹ ਇਹਦੀ ਕਿਤੇ ਨਾ ਕਿਤੇ ਰਾਜਨੀਤਿਕ ਸਿਸਟਮ, ਰਾਜਨੀਤਿਕ ਪ੍ਰਬੰਧ, ਤੇ ਅਸੀਂ ਦੋਵੇਂ ਤਰੀਕਿਆਂ ਦੇ ਨਾਲ ਇਹਦੇ ਲਈ ਜ਼ਿੰਮੇਵਾਰ ਨੇ। ਕਿਉਂਕਿ ਇਹ ਸਾਰਾ ਕੁਝ ਜੋ ਹੋ ਰਿਹਾ ਹੈ, ਅੱਜ ਇਹ ਭੈਣ ਨੀਲਮ ਨਾਲ ਹੋਇਆ, ਹੋਰ ਨੌਜਵਾਨਾਂ ਨਾਲ ਹੋ ਰਿਹਾ, ਇਹ ਸਾਰਾ ਕੁਝ ਜੋ ਸਾਡਾ ਖਾਣਾ ਪੀਣਾ ਪਹਿਨਣਾ ਉਹਦੇ ਵਿੱਚੋਂ ਨਿਕਲ ਰਿਹਾ। ਸਾਡਾ ਜੀਵਨ ਸ਼ੈਲੀ, ਸਾਡਾ ਲਾਈਫ ਸਟਾਈਲ ਇਹੋ ਜਿਹਾ ਬਣਾ ਦਿੱਤਾ ਗਿਆ ਜਿਹਦੇ ਵਿੱਚੋਂ ਇਹ ਘਟਨਾਵਾਂ ਪੈਦਾ ਹੋ ਰਹੀਆਂ ਨੇ। ਦੇਖੋ, ਜਿਹੜੀ ਹਰੀ ਕ੍ਰਾਂਤੀ ਆਈ, ਹਰੀ ਕ੍ਰਾਂਤੀ ਨੇ ਕਿਸਾਨਾਂ ਨੂੰ ਇੱਕ ਖੇਤੀ ਕਰਨ ਦਾ ਨਵਾਂ ਤਰੀਕਾ ਦਿੱਤਾ ਤੇ ਬੜਾ ਪ੍ਰਚਾਰ ਹੋਇਆ ਵੀ ਹਰੀ ਕ੍ਰਾਂਤੀ ਆਈ, ਪਰ ਉਹ ਹਰੀ ਕ੍ਰਾਂਤੀ ਅਸਲ ਦੇ ਵਿੱਚ ਕਾਰਪੋਰੇਟ ਘਰਾਣਿਆਂ ਤੇ ਵੱਡੀਆਂ ਕੰਪਨੀਆਂ ਦੀ ਇੱਕ ਸਾਜ਼ਿਸ਼ ਸੀ। ਉਹ ਹਰੀ ਕ੍ਰਾਂਤੀ ਨਹੀਂ ਸੀ, ਉਹ ਬਰਬਾਦੀ ਸੀ। ਵੱਡੀਆਂ ਕੰਪਨੀਆਂ ਨੇ ਆਪਣੀਆਂ ਖਾਦਾਂ, ਸਪਰੇਆਂ ਤੇ ਜ਼ਹਿਰ ਵੇਚਣ ਦੇ ਲਈ ਵੱਡੇ ਪੱਧਰ ਤੇ ਖੇਤਾਂ ਦੇ ਕਿਸਾਨਾਂ ਨੂੰ ਉਹ ਦਿੱਤੇ, ਔਰ ਅਸੀਂ ਵੱਡੇ ਪੱਧਰ ਤੇ ਉਹ ਫਸਲਾਂ ਨੂੰ, ਸਬਜ਼ੀਆਂ ਨੂੰ, ਫਲਾਂ ਨੂੰ ਪਾਉਣੇ ਸ਼ੁਰੂ ਕੀਤੇ। ਬਸ ਇੱਥੋਂ ਹੀ ਜੜ੍ਹ ਸ਼ੁਰੂ ਹੁੰਦੀ ਹੈ ਇਹ ਸਾਰੀ ਬਰਬਾਦੀ ਦੀ, ਔਰ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਇਸ ਦਾ ਫਲ ਭੋਗੇਗਾ। ਉਹਨਾਂ ਕੰਪਨੀਆਂ ਨੇ ਬਹੁਤ ਪੈਸਾ ਕਮਾਇਆ ਸਾਨੂੰ ਸਪਰੇਆਂ ਵੇਚ ਕੇ, ਖਾਦਾਂ ਵੇਚ ਕੇ। ਅੱਜ ਜਿਹੜੇ ਚੇਤਨ ਜਾਗਰੂਕ ਲੋਕ ਤੇ ਚੇਤਨ ਕਿਸਾਨ ਜਥੇਬੰਦੀਆਂ ਨੇ ਉਹ ਚੀਕ ਚੀਕ ਕੇ ਕਹਿ ਰਹੇ ਨੇ ਕਿ ਹਰੀ ਕ੍ਰਾਂਤੀ ਨੇ ਸਾਡੀ ਜੜ੍ਹ ਵੱਢੀ ਹੈ। ਸੱਚਮੁੱਚ ਹਰੀ ਕ੍ਰਾਂਤੀ ਦੇ ਨਾਂ 'ਤੇ
ਵੱਡੇ ਕਾਰਪੋਰੇਟ ਘਰਾਣਿਆਂ ਨੂੰ ਮੁਨਾਫੇ ਕਮਾਉਣ ਦੀ ਖੁੱਲ੍ਹ ਦਿੱਤੀ ਗਈ। ਉਹਨਾਂ ਰੱਜ ਕੇ ਮੁਨਾਫੇ ਕਮਾਏ ਔਰ ਅਸੀਂ ਰੱਜ ਕੇ ਜ਼ਹਿਰਾਂ ਖਾਦਾਂ ਸਪਰੇਆਂ ਪਾਈਆਂ ਤੇ ਸਾਥੋਂ ਪਵਾਈਆਂ ਗਈਆਂ। ਇੱਕ ਇੱਕ ਕਿੱਲੇ ਦੇ ਵਿੱਚ ਇੱਕ ਕਣਕ ਇੱਕ ਝੋਨੇ ਦੀ ਫਸਲ ਨੂੰ ਅਸੀਂ ਤਿੰਨ ਤਿੰਨ ਚਾਰ ਚਾਰ ਗੱਟੇ ਯੂਰੀਆ ਇਕੱਲੀ ਦੀ ਪਾ ਦਿੰਦੇ ਹਾਂ। ਇੱਕ ਸਾਲ ਦੇ ਵਿੱਚ ਦੋ ਫਸਲਾਂ ਨੂੰ ਛੇ ਛੇ ਗੱਟੇ ਪੰਜ ਪੰਜ ਗੱਟੇ ਯੂਰੀਆ ਅਸੀਂ ਪਾਉਂਦੇ ਹਾਂ ਤੇ ਜੇ ਇੱਕ ਫਸਲ ਨੂੰ ਢਾਈ ਗੱਟੇ ਜਾਂ ਤਿੰਨ ਗੱਟੇ ਯੂਰੀਆ ਵੀ ਪਾਈ ਜਾਂਦੀ ਹੈ ਤਾਂ 10 ਸਾਲਾਂ 'ਚ ਉਸ ਇੱਕ ਕਿੱਲੇ ਨੂੰ 60 ਗੱਟੇ ਯੂਰੀਆ ਪਾਈ ਗਈ ਤੇ 60 ਗੱਟੇ ਜੇ ਇਕੱਠੇ ਖਿਲਾਰ ਦਈਏ ਤਾਂ ਗਿੱਠ ਗਿੱਠ ਚੜ ਜਾਏਗੀ ਤੇ ਉਹ ਫਿਰ ਖਾਣਿਆਂ ਦੇ ਰਾਹੀਂ ਸਾਡੇ ਅੰਦਰ ਜਾ ਰਹੀ ਹੈ। ਉੱਥੋਂ ਹੀ ਇਹ ਸਭ ਕੁਝ ਪੈਦਾ ਹੋ ਰਿਹਾ ਤੇ ਦੂਜੇ ਪਾਸੇ ਬੜੇ ਇੱਕ ਸੂਖਮ ਜਿਹਨੂੰ ਕਹਿੰਦੇ ਆ ਖਪਤ ਸੱਭਿਆਚਾਰ ਨੇ ਸਾਡਾ ਤੰਦਰੁਸਤੀ ਵਾਲਾ ਖਾਣਾ ਸਾਥੋਂ ਖੋਇਆ। ਸਾਥੋਂ ਦੁੱਧ ਮੱਖਣ ਘਿਓ ਖੋਏ ਤੇ ਸਾਡੇ ਸਾਹਮਣੇ ਬਰਗਰ ਪੀਜ਼ੇ ਨਿਊਡਲ ਗੋਲ ਗੱਪੇ ਤੇ ਟਿੱਕੀਆਂ ਪਰੋਸੀਆਂ। ਅੱਜ ਸਾਡੀ ਸਾਰਾ ਯੂਥ ਆ ਜਿਹੜਾ ਕੋਈ ਵੀ ਤੰਦਰੁਸਤੀ ਵਾਲਾ ਖਾਣਾ ਨਹੀਂ ਖਾਣਾ ਚਾਹੁੰਦਾ। ਸਾਰੇ ਅਸੀਂ ਮੇਰੇ ਸਮੇਤ ਆਪਾਂ ਉਸੇ ਖਾਣੇ ਦਾ ਸ਼ਿਕਾਰ ਹਾਂ। ਪਤਾ ਆਪਾਂ ਸਾਰਿਆਂ ਨੂੰ ਹੈ ਕਿ ਉਹਦੇ ਵਿੱਚੋਂ ਸਾਡੀ ਮੌਤ ਨਿਕਲ ਰਹੀ ਹੈ ਪਰ ਫਿਰ ਵੀ ਸਾਨੂੰ ਉਹਨਾਂ ਨੇ ਐਸਾ ਜੀਭ ਦਾ ਚਸਕਾ ਪਾਇਆ ਕਿ ਅਸੀਂ ਮੌਤ ਖਰੀਦਦੇ ਹਾਂ ਪਰ ਉਹੀ ਖਾਣਾ ਖਾਂਦੇ ਹਾਂ। ਸੋ ਇਹ ਜਿਹੜੀ ਭੈਣ ਇਹ ਸਾਡੀ ਆਪਣੇ ਵਿਆਹ ਦੇ ਉੱਪਰ ਚਲੀ ਗਈ ਹੈ ਕਿਤੇ ਨਾ ਕਿਤੇ, ਭਾਵੇਂ ਉਹਦੇ ਪੋਸਟਮਾਰਟਮ ਤੋਂ ਬਾਅਦ ਜਾਂ ਡਾਕਟਰੀ ਰਿਪੋਰਟਾਂ ਤੋਂ ਬਾਅਦ ਉਹਨੂੰ ਕਿਸੇ ਵੀ ਬਿਮਾਰੀ ਦਾ ਸ਼ੋ ਹੋ ਜਾਵੇ ਪਰ ਆਖਰ ਜਵਾਨੀ ਦੇ ਵਿੱਚ ਪਰ ਜਵਾਨ ਉਮਰ ਦੇ ਵਿੱਚ ਸਿਰਫ 22-23 ਸਾਲ ਦੀ ਨੀਲਮ ਇਹ ਕੁੜੀ ਸੀ, 22-23 ਸਾਲ ਦੀ ਉਮਰ ਦੇ ਵਿੱਚ ਜੇ ਅਚਾਨਕ 5 ਮਿੰਟਾਂ ਦੇ ਵਿੱਚ ਇਦਾਂ ਖਾਤਮਾ ਹੋ ਜਾਂਦਾ ਤਾਂ ਇਹਦਾ ਇਹ ਕੋਈ ਕੁਦਰਤੀ ਮੌਤ ਨਹੀਂ ਹੈਗੀ। ਅਸਲ 'ਚ ਇਹਨੂੰ ਮੈਂ ਕਤਲ ਹੀ ਕਹੂੰਗਾ। ਇਹ ਕਤਲ ਕੀਤਾ ਕਿਹਨੇ ਹੈ? ਇਹ ਕਤਲ ਕੀਤਾ ਉਸ ਸਿਸਟਮ ਨੇ ਜਿਹਨੇ ਸਾਡੇ ਅੱਗੇ ਇਹ ਸਾਰਾ ਕੁਛ ਪਰੋਸਿਆ। ਪਹਿਲਾਂ ਉਹਨਾਂ ਹੀ ਕੰਪਨੀਆਂ ਨੇ ਖਾਦਾਂ ਸਪਰੇਆਂ ਬਣਾ ਕੇ ਸਾਡੇ ਤੋਂ ਹਜ਼ਾਰਾਂ ਕਰੋੜ ਕਮਾਏ ਤੇ ਫਿਰ ਉਹੀ ਕੰਪਨੀਆਂ ਹੀ ਬੰਦਿਆਂ ਨੂੰ ਬਚਾਉਣ ਦੀਆਂ ਦਵਾਈਆਂ ਬਣਾਉਣ ਲੱਗੀਆਂ ਤੇ ਫਿਰ ਉਹਨਾਂ ਕੰਪਨੀਆਂ ਨੇ ਹੀ ਸਾਡੇ ਤੋਂ ਦਵਾਈਆਂ ਵੇਚਣ ਦੇ ਨਾਂ ਤੇ ਪੈਸੇ ਲਏ। ਉਹੀ ਕੰਪਨੀਆਂ ਖਾਦ ਸਪਰੇਆਂ ਵੇਚ ਰਹੀਆਂ ਨੇ, ਉਹੀ ਕੰਪਨੀਆਂ ਦੂਜੇ ਪਾਸੇ ਜਿਹੜੀਆਂ ਨੇ ਉਹ ਸਾਨੂੰ ਠੀਕ ਕਰਨ ਦੀਆਂ ਦਵਾਈਆਂ ਬਣਾ ਕੇ ਵੇਚ ਰਹੀਆਂ ਨੇ। ਬਹੁਤ ਤਕੜਾ ਧੰਦਾ ਚੱਲ ਰਿਹਾ। ਇਸੇ ਕਰਕੇ ਮੈਂ ਕਿਹਾ ਇਸ ਘਟਨਾ ਨੂੰ ਮਹਿਜ਼ ਇੱਕ ਛੋਟੀ ਜਿਹੀ ਘਟਨਾ ਨਹੀਂ ਸਮਝਣਾ ਚਾਹੀਦਾ, ਇਹਦੀ ਜੜ੍ਹ ਤੱਕ ਜਾਣਾ ਚਾਹੀਦਾ। ਰੋਜ਼ ਸੁਣਦੇ ਹਾਂ 21 ਸਾਲ ਦੇ ਮੁੰਡੇ ਨੂੰ ਹਾਰਟ ਅਟੈਕ। ਇੱਥੋਂ ਸਾਡੇ ਕਿੰਨੇ ਹੀ ਮੁੰਡੇ ਕੁੜੀਆਂ ਫੌਰਨ ਜਾਂਦੇ ਨੇ ਕੈਨੇਡਾ ਅਮਰੀਕਾ, ਉੱਥੇ ਜਾ ਕੇ ਪਿਛਲੇ 1 ਸਾਲ ਦੇ ਵਿੱਚ ਸੈਂਕੜੇ ਅਸੀਂ ਜਵਾਨਾਂ ਨੂੰ ਅਟੈਕ ਸੁਣ ਲਏ। ਕਿਉਂ? ਕਿਉਂਕਿ ਸਾਡੇ ਅੰਦਰ ਕੀ ਭਰਿਆ? ਸਾਡੇ ਬਚਪਨ ਦੇ ਅੰਦਰ, ਸਾਡੀ ਜਵਾਨੀ ਦੇ ਅੰਦਰ ਖਾਣਿਆਂ ਦੇ ਰਾਹੀਂ ਅਸੀਂ ਜ਼ਹਿਰ ਭਰਿਆ ਔਰ ਉਹੀ ਜ਼ਹਿਰ ਜਿਹੜਾ ਉਹ ਜਵਾਨੀ ਤੱਕ ਫਟਣ ਤੱਕ ਚਲਾ ਜਾਂਦਾ। ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਜੇ ਅਸੀਂ, ਖਾਸ ਕਰ ਤੁਸੀਂ ਇਹ ਸੋਚਦੇ ਹੋਵੋਗੇ ਕਿ ਇਹ ਤਾਂ ਸਾਰੀ ਦੁਨੀਆਂ 'ਚ ਹੀ ਹੈ, ਨਹੀਂ ਸਾਰੀ ਦੁਨੀਆਂ 'ਚ। ਅਮੈਰੀਕਾ ਵਰਗੇ ਦੇਸ਼ਾਂ ਨੇ, ਉਹਨਾਂ ਵੱਡੇ ਦੇਸ਼ਾਂ ਨੇ ਜਿਹੜੀਆਂ ਚੀਜ਼ਾਂ ਆਪਣੇ ਦੇਸ਼ਾਂ 'ਚ ਬੈਨ ਕਰਤੀਆਂ ਉਹਨਾਂ ਨੇ ਸਾਨੂੰ ਵੇਚਤੀਆਂ। ਦੇਖੋ ਜਿਹੜੀ BT ਕਾਟਨ ਉਹਨਾਂ ਨੇ ਉੱਥੇ ਬੈਨ ਕੀਤੀ, ਚੱਲ ਸਾਨੂੰ ਵੇਚਤੀ ਸਾਰੀ ਔਰ BT ਕਾਟਨ ਅਸੀਂ ਉਹੀ ਕਾਟਨ ਜਿਹੜੀ ਜੇ ਜਿਸਮ ਦੇ ਨਾਲ ਵੀ ਕਸਰਦੀ ਹੈ ਤਾਂ ਉਹ ਵੀ ਸਕਿਨ ਕੈਂਸਰ ਕਰਦੀ ਹੈ, ਉਹ ਕਾਟਨ ਉਹਨਾਂ ਨੇ ਸਾਨੂੰ ਵੇਚਿਆ। ਇਸ ਤੋਂ ਅੱਗੇ ਜਿਹੜੀਆਂ ਦਵਾਈਆਂ ਉੱਥੇ ਉਹਨਾਂ ਦੇ ਦੇਸ਼ਾਂ 'ਚ ਬੈਨ ਨੇ ਉਹ ਦਵਾਈਆਂ ਉਹਨਾਂ ਨੇ ਸਾਨੂੰ ਵੇਚੀਆਂ। ਇਸੇ ਤਰ੍ਹਾਂ
ਸਾਡੇ ਨਾਲ ਲਗਾਤਾਰ ਇਹ ਜਿਹੜੀ ਸਾਜਿਸ਼ ਮੈਂ ਕਹਿ ਸਕਦਾ ਉਹ ਚੱਲਦੀ ਰਹੀ ਹੈ ਤੇ ਚੱਲ ਰਹੀ ਹੈ। ਅਸੀਂ ਨਹੀਂ ਸਮਝ ਪਾ ਰਹੇ ਕਿਉਂਕਿ ਸਾਡੀ ਜਨਤਾ ਬਹੁਤ ਭੋਲੀ ਹੈ। ਅਸੀਂ ਤਾਂ ਇੱਕੋ ਗੱਲ 'ਚ ਸਾਰ ਦਿੰਦੇ ਹਾਂ, ਚਲੋ ਜੀ ਇਹ ਲਿਖੀ ਇੱਦਾਂ ਸੀ, ਇੱਦਾਂ ਹੀ ਹੋਣਾ ਸੀ, ਇਹ ਲਿਖੀਆਂ ਦੇ ਸੌਦੇ ਨੇ। ਬਿਲਕੁਲ ਲਿਖੀਆਂ ਦੇ ਸੌਦੇ ਨਹੀਂ। ਇੱਕ ਉਦਾਹਰਨ ਸੁਣੋ, ਮੰਨ ਲਓ ਕਿ ਮੈਂ ਇੱਥੇ 50 ਬੰਦਿਆਂ ਦੇ ਖਾਣੇ ਦੇ ਵਿੱਚ ਜ਼ਹਿਰ ਮਿਲਾ ਦਿਆਂ ਤੇ ਤੁਸੀਂ ਫਿਰ ਮੈਨੂੰ ਮਾਫ ਕਰੋਗੇ ਵੀ ਇਹ ਤਾਂ ਲਿਖੀ ਐਵੇਂ ਸੀ, ਇਹ ਤਾਂ ਹੋਣਾ ਹੀ ਐਵੇਂ ਸੀ, ਇਹ ਤਾਂ ਇਹਦਾ ਇਹਦਾ ਦੋਸ਼ੀ ਮੈਂ ਨਹੀਂ ਆ, ਨਹੀਂ ਮੰਨੋਗੇ ਨਾ ਕਿਉਂਕਿ ਜ਼ਹਿਰ ਮੈਂ ਮਿਲਾਇਆ ਨਾ। ਇਸੇ ਕਰਕੇ ਮੰਨ ਲਓ ਕਿ ਮੈਂ ਇੱਕ ਵੱਡਾ ਟਰੱਕ ਲੈ ਲਾਂ ਤੇ ਉਹਦੀਆਂ ਬ੍ਰੇਕਾਂ ਮੈਂ ਕਿਤੇ ਲਾਵਾਂ ਹੀ ਨਾ ਤੇ ਬਾਜ਼ਾਰ ਦੇ ਵਿੱਚੋਂ ਲੋਕਾਂ ਨੂੰ ਦਰੜਾ ਹੋਇਆ ਕੱਢੀ ਜਾਵਾਂ, ਫਿਰ ਮੰਨੋਗੇ ਵੀ ਲੋਕਾਂ ਦੀ ਲਿਖੀ ਐ ਸੀ? ਨਹੀਂ ਮੰਨੋਗੇ। ਇਸੇ ਤਰ੍ਹਾਂ ਸਾਰੀਆਂ ਘਟਨਾਵਾਂ ਦੇ ਉੱਪਰ ਹੀ ਸੋਚਣਾ ਸ਼ੁਰੂ ਕਰੋ। ਕੁਝ ਵੀ ਲਿਖਿਆ ਨਹੀਂ ਹੁੰਦਾ, ਸਾਰਾ ਕੁਝ ਇੱਥੇ ਕੀਤਾ ਜਾਂਦਾ, ਕਰਵਾਇਆ ਜਾਂਦਾ। ਜਿਹੜਾ ਕੁਝ ਹੁਣ ਮੈਂ ਤੁਹਾਡੇ ਸਾਹਮਣੇ ਬੋਲ ਰਿਹਾ ਤਾਂ ਮੈਂ ਬੋਲ ਰਿਹਾ, ਜੇ ਮੈਂ ਤੁਹਾਨੂੰ ਪੁੱਠਾ ਬੋਲਾਂ ਤਾਂ ਉਹ ਵੀ ਮੈਂ ਬੋਲਾਂਗਾ, ਜੇ ਇੱਜ਼ਤ ਨਾਲ ਬੋਲਾਂ ਤਾਂ ਉਹ ਵੀ ਮੈਂ ਬੋਲਾਂਗਾ। ਕੋਈ ਮੇਰੇ ਤੋਂ ਕਰਵਾ ਨਹੀਂ ਰਿਹਾ ਤੇ ਕੋਈ ਮੈਂ ਕਿਸੇ ਗੈਬੀ ਸ਼ਕਤੀ ਦੇ ਕਹਿਣ ਤੇ ਕਰ ਨਹੀਂ ਰਿਹਾ। ਅਸਲ 'ਚ ਅਸੀਂ ਬਹੁਤ ਭੁਲੇਖਿਆਂ 'ਚ ਪਾਏ ਗਏ, ਵਹਿਮਾਂ 'ਚ ਪਾਏ ਗਏ, ਇਹੀ ਸਾਡੀ ਹੋਂਦ ਦੇ ਖਾਤਮੇ ਦਾ ਕਾਰਨ ਬਣ ਰਹੀਆਂ ਨੇ ਚੀਜ਼ਾਂ। ਸੋ ਅੱਜ ਜਿਹੜਾ ਜਲਾਲਾਬਾਦ ਦੇ ਪਿੰਡ ਸਵਾਹ ਵਾਲਾ ਦੇ ਵਿੱਚ ਇਹ ਮੰਦਭਾਗਾ ਭਾਣਾ ਵਾਪਰਿਆ, ਇਸ ਨੇ ਪੂਰੇ ਪੰਜਾਬ 'ਚ ਦੁੱਖ ਭਰਿਆ, ਉਸ ਇਲਾਕੇ 'ਚ ਵੀ ਲੋਕ ਦੁਖੀ ਹੋਏ ਨੇ, ਸੋਗ ਭਰ ਦਿੱਤਾ ਚਾਰ ਚੁਫੇਰੇ। ਪਰ ਇਹ ਇੱਕ ਘਟਨਾ ਨਹੀਂ, ਇਹ ਰੋਜ਼ਾਨਾ ਦੀਆਂ ਘਟਨਾਵਾਂ ਦਾ ਇੱਕ ਵਰਤਾਰਾ ਹੈ ਤੇ ਇਹਦੇ ਬਾਰੇ ਗੰਭੀਰਤਾ ਦੇ ਨਾਲ ਸੋਚਣਾ ਬਹੁਤ ਜ਼ਰੂਰੀ ਹੈ। ਅਸਲ 'ਚ ਆਪਣੀ ਪੰਜਾਬੀਆਂ ਦੀ ਇੱਕ ਆਦਤ ਆ, ਆਪਾਂ ਜਦੋਂ ਵੀ ਕੋਈ ਮੰਦਭਾਗੀ ਘਟਨਾ ਸੁਣਦੇ ਹਾਂ ਤਾਂ ਉਹਦੇ 'ਤੇ ਬਸ ਬੜਾ ਮਾੜਾ ਹੋਇਆ ਯਾਰ, ਬਹੁਤ ਮਾੜੀ ਗੱਲ ਹੋਈ ਹੈ ਯਾਰ, ਓ ਹੋ 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 ਹੋ, ਇੰਨਾ ਕਹਿ ਕੇ ਸਾਰ ਦਿੰਦੇ ਹਾਂ ਤੇ ਸਾਨੂੰ ਲੱਗਦਾ ਸਾਡਾ ਫਰਜ਼ ਪੂਰਾ ਹੋ ਗਿਆ। ਪਰ ਨਹੀਂ, ਇਹਨੇ ਨਾਲ ਫਰਜ਼ ਪੂਰਾ ਨਹੀਂ ਹੁੰਦਾ। ਕਿਤੇ ਵੀ ਕੋਈ ਗਲਤ ਤੇ ਮਾੜੀ ਘਟਨਾ ਜਦ ਸੁਣੀ ਜਾਵੇ ਉਹਦੀ ਤਹਿ ਤੱਕ ਸੋਚਣਾ, ਜਾਣਨਾ ਤੇ ਵਿਚਾਰਨਾ ਬਣਦਾ ਹੈ, ਫੇਰ ਹੀ ਉਹ ਘਟਨਾਵਾਂ ਅੱਗੇ ਤੋਂ ਰੋਕ ਸਕਦੀਆਂ ਨੇ। ਇਹ ਕੋਈ ਕੁਦਰਤੀ ਘਟਨਾਵਾਂ ਨਹੀਂ ਗੀਆਂ। ਕੁਦਰਤੀ ਮੌਤ ਹੋਈ ਕਿ ਜੇ ਕੋਈ 60-70 ਸਾਲ ਜਾਂ 90 ਸਾਲ ਦੀ ਉਮਰ 'ਚ ਜਾ ਕੇ ਇੱਦਾਂ 5-7 ਮਿੰਟਾਂ 'ਚ ਜਾਂਦਾ ਹੈ ਤਾਂ ਅਸੀਂ ਉਹਨੂੰ ਕੁਦਰਤੀ ਮੌਤ ਮੰਨ ਸਕਦੇ ਹਾਂ, ਪਰ ਇਹ ਨਹੀਂ ਹੈਗੀ। ਦੇਖੋ, ਸਾਡੇ ਸੋਚਣ ਦਾ ਤਰੀਕਾ ਸਾਨੂੰ ਬਦਲਣਾ ਪਏਗਾ ਔਰ ਸਾਨੂੰ ਪੂਰੀ ਜੀਵਨ ਸ਼ੈਲੀ ਬਦਲਣੀ ਪਏਗੀ। ਜੇ ਅਸੀਂ ਨਾ ਬਦਲ ਸਕੇ ਤਾਂ ਆਉਣ ਵਾਲਾ ਸਾਡਾ ਭਵਿੱਖ ਆ ਜਿਹੜਾ ਉਹ ਬਹੁਤ ਜ਼ਿਆਦਾ ਖਤਰਨਾਕ ਕਹਿ ਸਕਦੇ ਹਾਂ ਜਾਂ ਦਰਦਨਾਕ ਕਹਿ ਸਕਦੇ ਹਾਂ। ਇਸ ਭੈਣ ਦੀ ਇਸ ਮੌਤ ਦੇ ਉੱਪਰ ਅਸੀਂ ਫਿਰ ਆਪਣੇ ਅਦਾਰੇ ਦੇ ਵੱਲੋਂ ਦੁੱਖ ਵਿਅਕਤ ਕਰਦੇ ਹਾਂ। ਬਹੁਤ